ਸਸੀਗਾਲ ਜੀ ਸਸੀਗਾਲ ਜੀ ਆਪਾਂ ਕਿਹੜੀ ਜਗ੍ਹਾ ਤੋਂ ਆਏ ਜੀ ਅਸੀਂ ਆਏ ਜੀ ਜ਼ਿਲ੍ਹਾ ਪਟਿਆਲਾ ਪਿੰਡ ਗਾਜੇ ਵਾਸ ਤੋਂ ਜੀ ਅੱਛਾ ਜੀ ਹਾਂਜੀ ਤੇ ਆਪਾਂ ਮੰਡੀ ਤੇ ਕਿੰਨੇ ਕੁ ਜਾਨਵਰ ਲੈ ਕੇ ਆਏ ਜੀ ਮੰਡੀ ਤੇ ਜੀ ਅਸੀਂ 4-5 ਪਸ਼ੂ ਲੈ ਕੇ ਆਏ ਸੀ ਇਕੱਲੀ ਘੋੜੀ ਰਹਿ ਗਈ ਵੇਚਣ ਦੀ ਅੱਜ ਆਖਰੀ ਦਿਨ ਹੈ ਮੰਡੀ ਦਾ ਜੀ ਹਾਂਜੀ ਆਖਰੀ ਦਿਨ ਠੀਕ ਹੈ ਜੀ ਤੇ ਆਪਾਂ ਇਹ ਸੇਲ ਵਾਸਤੇ ਲੈ ਕੇ ਆਏ ਜੀ ਘੋੜੀ ਹਾਂਜੀ ਹਾਂਜੀ ਇਹ ਘੋੜੀ ਬਾਰੇ ਦੱਸੋ ਜੀ ਕਿੰਨੇ ਜਿਹੜੀ ਹੋ ਗਈ ਘੋੜੀ ਇਹ ਇਹ ਪੰਜਾਰੇ ਲੱਗ ਗਈ ਜੀ ਅਜਗਰ ਦੀ ਧੀ ਹੈ ਜੀ ਇਹ ਅਜਗਰ ਘੋੜੇ ਦੀ ਹਾਂਜੀ ਹਾਂਜੀ ਨੀਲਾ ਘੋੜਾ ਅਜਗਰ ਅਜਗਰ ਨੀਲਾ ਚੰਬਾ ਘੋੜਾ ਜੀ ਅੱਛਾ ਜੀ ਨੀਲਾ ਚੰਬਾ ਘੋੜਾ ਉਹਦੀ ਧੀ ਹੈ ਜੀ ਠੀਕ ਹੈ ਜੀ ਤੇ ਬਾਈ ਜਗਦੀਪ ਲੈ ਕੇ ਆਏ ਨੇ ਇਹਨਾਂ ਨੇ ਪਹਿਲਾਂ ਕੁਛ ਇਹਨਾਂ ਨੇ ਬੱਚੀ ਲਈ ਸੀ ਦੋ ਦੰਦ ਠੀਕ ਹੈ ਜੀ ਹਾਂਜੀ ਤੇ ਬਹੁਤ ਵਧੀਆ ਬੰਦੇ ਨੇ ਸ਼ੌਂਕ ਰੱਖਦੇ ਨੇ ਪੱਲਣ ਦਾ ਆਪਾਂ ਹੋਰ ਵੀ ਘਰੇ ਰੱਖੇ ਹੋਏ ਜੀ ਹਾਂਜੀ ਕਿੰਨੇ ਘਰੇ ਰੱਖੇ ਹੋਏ ਦੋ ਨੇ ਮੇਰੇ ਬੱਚੇ ਦੋ ਇਹਦੀ ਬੱਚੇ ਨੇ ਹਾਂਜੀ ਇਸੇ ਦੀ ਬਸ਼ੇਰੀ ਹੈ ਇੱਕ ਨੁਕਰੀ ਬਸ਼ੇਰੀ ਇੱਕ ਕਾਲੀ ਚੰਬੀ ਬਸ਼ੇਰੀ ਹੈ ਜੀ ਤੇ ਹੁਣ ਖਾਲੀ ਹੈ ਗੱਬਣੇ ਜੀ ਇਹ ਚੈੱਕ ਕਰਾਉਣੀ ਹੈ ਹੁਣ ਆਪਾਂ ਠੀਕ ਹੈ ਜੀ ਤੇ ਆਪਾਂ ਨਾਰਮਲੀ ਜਦ ਕ੍ਰਾਸ ਕਰਾ ਕੇ ਕਿੰਨੇ ਕੁ ਚਿਰ ਬਾਅਦ ਚੈੱਕ ਕਰਾਉਣੇ ਹੁੰਦੇ ਜੀ ਇਹ ਜੀ 3 ਮਹੀਨੇ ਪਿੱਛੋਂ ਚੈੱਕ ਕਰਾ ਲੈਣੇ ਜੀ ਬਹੁਤੇ ਤਾਂ 40 ਦਿਨਾਂ ਪਿੱਛੋਂ ਵੀ ਕਰਾ ਲੈਣੇ ਪਰ ਅਸੀਂ 3 ਮਹੀਨੇ ਪਿੱਛੋਂ ਚੈੱਕ ਕਰਾਉਣੇ ਠੀਕ ਹੈ ਜੀ ਤੇ ਕੱਦ ਕਿੰਨਾ ਕਰ ਗਈ ਇਹ ਕੱਦਾਂ ਇਸ ਟਾਈਮ ਹੈਗਾ ਜੀ ਇਹਦਾ 60 ਇੰਚ 60 ਇੰਚ ਕੱਦ ਕਮੈਂਟ ਦਿਖਾ ਦਿਓ ਬਾਲ ਪਵਰੇ ਸਾਫ ਹੈ ਜੀ ਬਾਲ ਪਵਰੇ ਨਹੀਂ ਸਾਫ ਹੈ ਜੀ ਕੰਨ ਕੁੰਨ ਸੋਹਣੇ ਜੋੜ ਗਈ ਆ ਮੱਥੇ ਲੇਸ ਵੀ ਵਧੀਆ ਤੇ ਆਪਾਂ ਕੀ ਮੁੱਲ ਕਰਦੇ ਆ ਮੁੱਲ ਤਾਂ ਜੀ ਹੁਣ ਮੰਗਦਾ ਤਾਂ ਕੋਈ ਵੀ ਨਹੀਂ ਘੱਟ ਹੁੰਦਾ ਗਾਹਕ ਤੋਂ ਤੇ ਰੱਬ ਤੋਂ ਸਾਰੇ ਵੱਧ ਮੰਗਦੇ ਜੀ ਹਾਂਜੀ 1,30,000 ਰੁਪਇਆ ਮੁੱਲ ਕਰਦੇ ਆ ਜੀ ਆਪਾਂ ਅੱਛਾ ਜੀ ਜਿੱਥੇ ਵੀ ਬਣੂਗੀ ਸੈਟਿੰਗ ਆਪਾਂ ਮਾੜਾ ਮੋਟਾ ਉੱਪਰ ਨੀਚੇ ਹੋ ਜਾਵੇ ਕਰਕੇ ਹਾਂਜੀ ਠੀਕ ਹੈ ਦੇ ਦਾਂਗੇ ਗੇੜਾ ਘੜਾ ਦੋ ਜੀ ਇਹਦਾ ਇੱਕ कॉन्टैक्ट नंबर दस दो जी कॉन्टैक्ट नंबर जी 98,765 जी 87,894 ठीक है जी धन्यवाद जी एक घोड़ी सेल वास्ते है जी हाँ जी सेल वास्ते लगी केड़े घोड़े की बच्ची है जी एक घोड़े दी जी हरियाणा दे विच घोड़ा लखा हरियाणा पूरा मसूरा घोड़े घड़े भजाउंदा सी उहदे कोल घोड़ी लैंदी सी मैं अच्छा जी ये बेचदी मैं बेड़वाल बेड़वाल थोड़े कोल हुण हणा बेड़वाल बेचदी जी इहने इक वेरी नुगरा बच्चा दित्ता ਇੱਕ ਵਾਰ ਤੇਰੇ ਚੰਬੀ ਪਸੇ ਜੀ ਅੱਛਾ ਦੋ ਵਾਰ ਮੇਰੇ ਕੋਲ ਸੀ ਹੁਣ ਖਾਲੀ ਹੈ ਇਹ ਹੁਣ ਖਾਲੀ ਹੈ ਜੀ ਠੀਕ ਹੈ ਜੀ ਕਿੰਨੇ ਚਿਰ ਦੀ ਹੋ ਗਈ ਇਹ ਹੋ ਗਈ 6.5-6 ਸਾਲ ਦੀ ਹੋ ਗਈ ਤੇ ਕੱਦ ਕਿੰਨਾ ਕਰ ਗਈ ਜੀ ਕੱਦ 63 ਇੰਚ ਆਈ ਹੈ ਦੰਦ ਦਿਖਾ ਦਈਏ ਇਹਦੇ ਕਹਿੰਦਾ ਸੂਆ ਵੀ ਨਹੀਂ ਕੱਢਿਆ ਜੀ ਸੂਆ ਕੱਢ ਹੋਏ 6.5 ਸਾਲ ਦੀ ਠੀਕ ਹੈ ਜੀ ਰੇਵੀਆ ਤੁਰਦੀ ਹੈ ਰੇਵੀਆ ਬਹੁਤ ਸੋਹਣਾ ਚੱਲਦੀ ਹੈ ਰੇਵੀਆ ਤੁਰਦੀ ਹੈ ਇਹ 37-37, 37-37 ਦੇ ਅੱਛਾ ਜੀ ਬਾਲ ਪਵਰੇ ਸਾਫ ਹੈ ਜੀ ਹਾਂਜੀ ਤੇ ਕੀ ਮੰਗ ਰਹੀ ਆਪਾਂ ਇਹਦਾ 130 ਹੈ ਜੀ 130 ਮੰਗ ਰਹੇ ਹਾਂ ਆਪਣਾ ਕੰਟੈਕਟ ਨੰਬਰ ਦੱਸ ਦਿਓ ਜੀ ਬਾਬਾ ਜੀ ਆਪਣਾ ਨੰਬਰ ਦਿਓ ਕੰਟੈਕਟ ਨੰਬਰ ਦੱਸੋ ਜੀ 98-41-12-38 ਸਤਿ ਸ਼੍ਰੀ ਅਕਾਲ ਬਾਬਾ ਜੀ ਬਾਬਾ ਜੀ ਆਪਾਂ ਕਿਹੜੀ ਜਗ੍ਹਾ ਤੋਂ ਆਏ ਹਾਂ ਜੀ ਅਸੀਂ ਪਟਿਆਲੇ ਕੋਲ ਪਿੰਡ ਆ ਜੀ ਆਪਣਾ ਪੰਪ ਆ ਪੈਟਰੋਲ ਪੰਪ ਅੱਛਾ ਜੀ ਹਾਂ ਸਪੇੜੇ ਅੱਡੇ 'ਚ ਆਪਾਂ ਘਰੇ ਹੋਰ ਵੀ ਡੰਗਰ ਰੱਖੇ ਹੋਏ ਨੇ ਜੀ ਹਾਂਜੀ ਰੱਖੇ ਹੋਏ ਨੇ ਠੀਕ ਹੈ ਨੁਕਰੇ ਕਿ ਮਾਰਵਾੜੀ ਹੈ ਜੀ ਨੁਕਰੇ ਅੱਛਾ ਜੀ ਤੇ ਅੱਜ ਆਪਾਂ ਦੋ ਘੋੜੀਆਂ ਲੈ ਕੇ ਆਏ ਹਾਂ ਮੰਡੀ ਦੇ ਹਾਂਜੀ ਅੱਜ ਹੀ ਆਏ ਤੁਸੀਂ ਅੱਜ ਹੀ ਆ ਤੇ ਦੋਹੇ ਆਪਾਂ ਸੇਲ ਸੇਲ ਵਾਸਤੇ ਲੈ ਕੇ ਆਏ ਹਾਂਜੀ ਸੇਲ ਵਾਸਤੇ ਅੱਛਾ ਜੀ ਇਹ ਕਿੰਨੇ ਚਿਰ ਦੀ ਹੋ ਗਈ ਇਹ 4 ਸਾਲ ਦੀ ਹੈ 4 ਸਾਲ ਦੀ ਖਾਲੀ ਹੈ ਹੁਣ ਹਾਂਜੀ ਖਾਲੀ ਠੀਕ ਹੈ ਜੀ ਤੇ ਕਿਹੜੇ ਘੋੜੇ ਦੀ ਬੱਚੀ ਹੈ ਜੀ ਇਹ ਇਹ ਚੰਡੀਗੜ੍ਹ ਘੋੜਾ ਜੀ ਆਪਣਾ ਚੈਂਪੀਅਨ ਘੋੜਾ ਅੱਛਾ ਜੀ ਉਹਦੀ ਬੱਚੀ ਹੈ ਠੀਕ ਹੈ ਜੀ ਤੇ ਕੱਦ ਕਿੰਨਾ ਕਰ ਗਈ ਜੀ ਇਹ ਕੱਦ 63 ਇੰਚ ਆ ਜੀ 63 ਇੰਚ ਆ ਜੀ ਠੀਕ ਹੈ ਜੀ ਤੇ ਹੈ ਇਹ ਜੈਡ ਬਲੈਕ ਪੂਰੀ ਹਾਂਜੀ ਤੇ ਆਪਾਂ ਕੀ ਮੰਗਦੇ ਆ ਬਾਬਾ ਜੀ ਇਹਦਾ ਇਹਦਾ 3.5 ਲੱਖ 3.5 ਲੱਖ ਮਾੜਾ ਤੁਸੀਂ ਫੜ ਕੇ ਗੇੜਾ ਘੜਾ ਦੋ ਇਹਦਾ ਬਾਲ ਭਵਰੀ ਜੀ ਕਲੀਅਰ ਹੈ ਜੀ ਹਾਂਜੀ ਬਾਲ ਭਵਰੀ ਦੀ ਕਲੀਅਰ ਹੈ ਜੀ ਤੇ ਆਹ ਘੋੜੀ ਜੀ ਇਹਦੀ ਬੱਚੀ ਹੈ ਹਾਂਜੀ ਹਾਂਜੀ ਤੇ ਇਹਦੀ ਮਾਂ ਆ ਗਈ ਇਹ ਹਾਂਜੀ ਨਾ ਜੀ ਬਹੁਤ ਸੀਟ ਹੈ ਜੀ ਐਡੇ ਜਵਾਬ ਤੇ ਆ ਇਹ ਕਿਹੜੇ ਘੋੜੀ ਦੀ ਹੈ ਜੀ ਇਹ ਰਾਜਸਥਾਨ ਤੋਂ ਠੀਕ ਹੈ ਉਮਰ ਕਿੰਨੀ ਹੋ ਗਈ ਇਹਦੀ ਉਮਰ ਹੋ ਗਈ 5.5 ਸਾਡੇ ਤੇਰਾ ਕੱਦ ਜੀ
ਮੂੰਹ ਕਰੇ ਇਹਦੇ ਨੂੰ ਇਹਦਾ ਕੱਦ ਕਿੰਨਾ ਹੋ ਗਿਆ ਜੀ? ਅੱਛਾ ਜੀ, ਮੱਥੇ ਟਿੱਕਾ ਜਿਹਾ ਇਹਦੇ ਹੈ। ਇਹਦਾ ਕੀ ਮੰਗਦੇ ਜੀ ਆਪਾਂ? ਇਹਦਾ 2.5 ਲੱਖ ਰੁਪਏ। ਠੀਕ ਹੈ ਜੀ। ਆਪਣਾ ਇੱਕ ਵਾਰ ਨਾਮ ਅਤੇ ਕੰਟੈਕਟ ਨੰਬਰ ਦੱਸ ਦਿਓ ਜੀ। ਨਾਮ ਮਨਜੀਤ ਸਿੰਘ, ਕੰਟੈਕਟ ਨੰਬਰ ਹੈਗਾ 9511003100। ਠੀਕ ਹੈ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਵੀਰੇ, ਕੀ ਨਾਮ ਹੈ ਜੀ ਆਪਣਾ? ਕੁਲਵਿੰਦਰ ਸਿੰਘ ਜੀ। ਆਪਾਂ ਕਿਹੜੀ ਜਗ੍ਹਾ ਤੋਂ ਆਏ ਜੀ? ਰੋਪੜ ਤੋਂ ਜੀ। ਰੋਪੜ ਤੋਂ? ਹਾਂਜੀ। ਠੀਕ ਹੈ ਜੀ, ਅਤੇ ਆਪਣੇ ਫਾਰਮ ਦਾ ਕੀ ਨਾਮ ਹੈ ਜੀ? ਓਂਕਾਰ ਜੀ, ਓਂਕਾਰ ਸ਼ੈੱਡ ਫਾਰਮ। ਠੀਕ ਹੈ ਜੀ। ਹੋਰ ਕਿੰਨੇ ਕੁ ਜਾਨਵਰ ਰੱਖੇ ਆਪਾਂ ਫਾਰਮ? ਜਾਨਵਰ ਆਪਣੇ ਕੋਲ ਹੈਗੇ ਭਾਈ 3-4 ਹੋਰ। ਮਾਰਵਾੜੀ ਹੈ ਸਾਰੇ? ਮਾਰਵਾੜੀ ਵੀ ਆ, ਨੌਕਰੀ ਵੀ ਆ ਭਾਈ। ਅੱਛਾ ਜੀ, ਹਾਂਜੀ। ਅਤੇ ਆਪਾਂ ਅੱਜ ਨਾਭਾ ਮੰਡੀ 'ਤੇ ਅੱਜ ਹੀ ਆਏ ਹਾਂ ਜੀ? ਅੱਜ ਆਇਆ, ਕੱਲ੍ਹ ਆਏ ਸੀਗੇ ਜੀ। ਅਤੇ ਆਪਾਂ ਇੱਕੋ ਘੋੜੀ ਲੈ ਕੇ ਆਏ ਹਾਂ। ਹਾਂਜੀ, ਇੱਕੋ ਜਾਨਵਰ ਲੈ ਕੇ। ਇਹ ਸੇਲ ਵਾਸਤੇ? ਸੇਲ ਵਾਸਤੇ। ਇੱਕ ਘੋੜੀ ਦੱਸੋ ਜੀ, ਇਹ ਕਿਹੜੀ ਲਾਈਨ ਦੀ ਹੈ? ਅਨੋ ਜੀ ਆਈ ਆਪਣੀ, ਅਨੋ ਲਾਈਨ ਦੀ ਤੁਸੀਂ ਲੈ ਕੇ ਆਏ ਸੀ? ਠੀਕ ਹੈ ਜੀ। ਕੱਦ ਕਿੰਨਾ ਕਰ ਗਈ ਜੀ? ਕੱਦ ਇਹਦਾ ਹੈਗਾ ਜੀ 63+ ਹੈ ਜੀ। 63+। ਅਤੇ ਉਮਰ ਜੀ? ਉਮਰ ਇਹਦੀ 5 ਸਾਲ ਹੈ ਜੀ। ਠੀਕ ਹੈ ਜੀ। ਇਹ ਖਾਲੀ ਹੈ ਜੀ ਹੁਣ? ਖਾਲੀ ਹੈ ਜੀ। ਠੀਕ ਹੈ ਜੀ। ਅਤੇ ਬਾਲ ਪਵਰੇਜ ਸਾਫ਼ ਹੈ ਜੀ? ਸਾਫ਼ ਹੈ ਜੀ, ਬਿਲਕੁਲ ਸਭ ਸਾਹਮਣੇ ਜੀ। ਕੋਈ ਪਹਿਲਾਂ ਬੱਚਾ ਵਗੈਰਾ ਇਹ ਤੁਹਾਡੇ ਕੋਲ ਨਹੀਂ? ਨਹੀਂ, ਸਾਡੇ ਕੋਲ ਕੋਈ ਨਹੀਂ ਜੀ। ਅਤੇ ਆ ਸੱਟਾਂ ਕਿੱਥੋਂ ਲਾਉਣੀ ਇਹਨੇ? ਹੁਣੇ ਇੱਥੇ ਨੀਚੇ ਹੁਣੇ ਲੱਗੇ ਸੀ, ਜਾਨਵਰ ਆ ਗਿਆ ਸੀ ਇੱਥੇ ਨੀਚੇ, ਉਹ ਡਰ ਕੇ ਇਹਦੇ ਵਿੱਚ ਫਸ ਗਈ ਸੀ। ਅੱਛਾ ਜੀ, ਜਾਨਵਰ ਤੋਂ ਡਰ ਕੇ ਪਹਿਲੀ ਵਾਰ ਘੋੜੀ ਆਈ ਹੈ ਮੰਡੀ 'ਤੇ, ਤਾਂ ਸੱਟਾਂ ਜਿਹੀਆਂ ਖੜ ਗਈਆਂ ਥੋੜ੍ਹੀਆਂ। ਵੀਰੇ ਆਪਣਾ ਨਾਮ ਅਤੇ ਕੰਟੈਕਟ ਨੰਬਰ ਦੱਸ ਦਿਓ ਜੀ। ਮੇਰਾ ਨਾਮ ਕੁਲਵਿੰਦਰ ਸਿੰਘ, ਮੋਬਾਈਲ ਨੰਬਰ 9647486026। 9647486026। ਠੀਕ ਹੈ, ਥੈਂਕ ਯੂ ਵੀਰੇ। ਥੈਂਕ ਯੂ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਆਪਾਂ ਕਿਹੜੀ ਜਗ੍ਹਾ ਤੋਂ ਆਏ ਜੀ? ਸੰਪੂਰਨਗੜ੍ਹ ਪਿੰਡ ਹੈ ਵੀਰ, ਦੇਵੀਗੜ੍ਹ ਕੋਲ, ਪਟਿਆਲਾ ਡਿਸਟ੍ਰਿਕਟ। ਠੀਕ ਹੈ ਜੀ। ਲਵੀ ਆ ਉਰੇ ਹੈ? ਹੈ 70 ਕਿਲੋਮੀਟਰ। ਅੱਛਾ ਜੀ, ਠੀਕ ਹੈ। ਅਤੇ ਆਪਣੇ ਫਾਰਮ ਦਾ ਨਾਮ ਕੀ ਹੈ ਜੀ? ਚੱਕਲ ਸਟੱਡ ਫਾਰਮ। ਹੋਰ ਵੀ ਆਪਾਂ ਜਾਨਵਰ ਰੱਖੇ ਹੋਏ ਫਾਰਮ 'ਤੇ? ਹੈਗੇ ਹੈ ਜੀ 10-11। ਅਤੇ ਨੁਕਰੇ ਮਾਰਵਾੜੀ? ਮਾਰਵਾੜੀ ਹੈ ਜ਼ਿਆਦਾ, ਇੱਕ ਹੈ ਬਸ਼ੇਰੀ ਨੁਕਰੇ। ਠੀਕ ਹੈ ਜੀ। ਅਤੇ ਆਪਾਂ ਮੰਡੀ 'ਤੇ ਅੱਜ ਹੀ ਆਏ ਹਾਂ ਜੀ, 9 ਤਰੀਕ ਨੂੰ ਪਹਿਲੇ ਦਿਨ ਆ ਗਏ ਸੀਗੇ। ਦੂਜੇ ਦਿਨ? ਸਰ ਠੀਕ ਹੈ ਜੀ। ਅਤੇ ਆਪਾਂ ਇਹਨੂੰ ਲੈ ਕੇ ਆਏ ਬਸ? ਨਹੀਂ, ਇੱਕ ਨੁਕਰਾ ਸੀਗਾ, ਉਹ ਸੇਲ ਕਰਤਾ। ਅੱਛਾ ਜੀ, ਚਲੋ ਵਧਾਈਆਂ ਜੀ। ਅਤੇ ਆਪਾਂ ਇਹ ਵੀ ਸੇਲ ਵਾਸਤੇ ਲੈ ਕੇ ਆਏ ਹਾਂ ਜੀ। ਹਾਂ, ਬਸ ਦਿਖਾਉਣ ਨੂੰ, ਜੇ ਕੋਈ ਚੰਗਾ ਪੈਸੇ ਲਾਏ ਉੱਥਾਂ ਸੇਲ। ਠੀਕ ਹੈ ਜੀ। ਇਹ ਆਪਣਾ ਚੰਬੇ 'ਚ ਆ ਗਿਆ ਘੋੜਾ? ਇਹ ਚੰਬਿਆਂ 'ਚ ਆ ਗਿਆ ਜੀ। ਕਿਹੜੇ ਘੋੜੇ ਦਾ ਬੱਚਾ ਵੈਸੇ ਇਹ? ਲਾਰੇ ਦੇ। ਲਾਰੇ ਦਾ, ਜਿਹੜਾ ਹੁਣ ਇੰਦਰ ਤੋਂ? ਹਾਂਜੀ ਹਾਂਜੀ ਹਾਂਜੀ। ਅਤੇ ਮਾਂ ਵੱਲੋਂ ਜੀ? ਮਾਂ ਵੀ ਚੰਬੀ ਹੈ ਜੀ ਇਹਦੀ। ਅੱਛਾ ਜੀ, ਚੰਬੀ ਘੋੜੀ। ਅਤੇ ਉਮਰ ਕਿੰਨੀ ਕਰ ਗਈ ਇਹ? ਉਮਰ 2 ਦੰਦ ਹੋ ਗਿਆ ਜੀ। ਠੀਕ ਹੈ ਜੀ। ਅਤੇ ਹਾਈਟ? ਹਾਈਟ 63-64 ਦੇ ਵਿੱਚ ਹੈ ਜੀ। 63-64 ਦੇ 63 ਦੇ ਉੱਪਰ ਹੈ। ਅਤੇ ਆਪਾਂ ਵੈਸੇ ਕਿੰਨੀ ਡਿਮਾਂਡ ਕਰਦੇ ਹਾਂ ਇਹਦੀ? 3 ਲੱਖ। ਠੀਕ ਹੈ ਜੀ। ਐਟੀਟਿਊਡ ਬਹੁਤ ਵਧੀਆ ਇਹਦਾ, ਗਰਮ ਗਰਮ ਘੋੜਾ ਪੂਰਾ। ਹਾਂਜੀ, ਅਗਰੈਸ਼ਨ ਤਾਂ ਮਸਤ ਪੂਰਾ ਹੈ ਘੋੜਿਆਂ ਦਾ। ਤੋ ਆਪਣਾ ਨਾਮ ਅਤੇ ਫੋਨ ਨੰਬਰ ਦੱਸ ਦਿਓ ਜੀ। ਨਾਮ ਮੇਰਾ ਗੁਰਵਿੰਦਰ ਸਿੰਘ ਹੈ ਜੀ, ਫੋਨ ਨੰਬਰ ਹੈ 9814170785। ਠੀਕ ਹੈ, ਥੈਂਕ ਯੂ ਜੀ। ਕਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਾਂ ਕਿਹੜੀ ਜਗ੍ਹਾ ਤੋਂ ਆਏ ਜੀ? ਅਸੀਂ ਪਟਿਆਲੇ ਤੋਂ ਆਇਆ। ਠੀਕ ਹੈ ਜੀ। ਅਤੇ ਮੰਡੀ 'ਤੇ ਅੱਜ ਹੀ ਆਏ ਆਪਾਂ? ਹਾਂ, ਅੱਜ ਹੀ ਆਇਆ। ਘੋੜੇ ਰੱਖਣ ਦਾ ਹੈਗਾ 15-16 ਸਾਲ ਤੋਂ ਆਦਤ। ਅੱਛਾ ਜੀ। ਸੰਗਰੂਰ ਕੋਲ ਚੀਮਾ ਹੈਗਾ ਇੱਕ ਛੋਟਾ ਜਿਹਾ ਨਗਰ, ਉੱਥੇ ਸੰਤ ਹੁੰਦੇ ਬਾਬਾ ਜੀ ਹੀਰੋ ਝਾੜੋਂ,
ਉਹਨਾਂ ਦੇ ਰੱਖੇ ਹੁੰਦੇ ਘੋੜੇ ਫਿਰ ਉਹਨਾਂ ਨੇ ਮੈਨੂੰ ਵੀ ਉਪਦੇਸ਼ ਕਰਤਾ ਘੋੜਾ ਰੱਖਿਆ ਕਰੋ ਠੀਕ ਹੈ ਜੀ ਤੇ ਆਪਾਂ ਘਰੇ ਰੱਖੇ ਹੋਏ ਨੇ ਹੋਰ ਵੀ ਜਾਂਦੇ ਹੋਰ ਵੀ ਹੈਗੇ ਨੇ ਹਾਂ ਨੁਕਰੇ ਮਾਰਵਾੜੀ ਨਹੀਂ ਮਾਰਵਾੜੀ ਕਾਲੇ ਰੰਗ ਦੇ ਨੇ ਠੀਕ ਹੈ ਜੀ ਆਪਾਂ ਮਤਲਬ ਸ਼ੌਂਕ ਤੋਂ ਰੱਖੇ ਹੋਏ ਨੇ ਉਹ ਸਟਡ ਫਾਰਮ ਨਹੀਂ ਹੈਗਾ ਆਪਣਾ ਨਹੀਂ ਸ਼ਹਿਰ 'ਚ ਹੀ ਅੱਛਾ ਜੀ ਤੇ ਆਪਾਂ ਮੰਡੀ 'ਤੇ ਬਛੇਰੀ ਲੈ ਕੇ ਆਏ ਜੀ ਹਾਂ ਬਛੇਰੀ ਆ ਹਾਂ ਪੌਣੇ ਦੋ ਸਾਲ ਦੀ ਮਾਰਵਾੜੀ ਠੀਕ ਹੈ ਜੀ ਅਤੇ ਇਹਦੀ ਮਾਰਕਿੰਗ ਜੀ ਪਿਛਲੇ ਦੋ ਇਹਦਾ ਕਾਨੂੰਗ ਘੋੜੇ ਦੀ ਬੱਚੀ ਹੈ ਠੀਕ ਹੈ ਘੋੜਾ ਪੰਜਾਬ 'ਚ ਕਾਨੂੰਗ ਹਾਂਜੀ ਹਾਂਜੀ ਮਾਂ ਇਹਦੀ ਸਾਡੇ ਕੋਲ ਹੀ ਸੀਗੀ ਅੱਛਾ ਜੀ ਉਹ ਕਿਹੜੇ ਘੋੜੇ ਜੀ ਕਾਫੀ ਗੱਦਕਾਠ ਤੋਂ ਸੀ ਠੀਕ ਹੈ ਜੀ ਅਤੇ ਇਹਦੀ ਮਾਰਕਿੰਗ ਤਿੰਨ ਪੈਰ ਚਿੱਟੇ ਨੇ ਜੀ ਤਿੰਨ ਪੈਰ ਚਿੱਟੇ ਨੇ ਠੀਕ ਹੈ ਜੀ ਅਤੇ ਮੱਥੇ ਫੁੱਲ ਆ ਗਏ ਜੀ ਫੁੱਲ ਕੰਨ ਜੁੜਦੇ ਨੇ ਹਾਂਜੀ ਹਾਂਜੀ ਕੰਨ ਸੋਹਣੇ ਜੁੜਦੇ ਨੇ ਜੀ ਹੁਣ ਬੰਨੀ ਹੋਈ ਕਰਕੇ ਹਾਂਜੀ ਹਾਂਜੀ ਨੀਵੀਂ ਜੀ ਪਾਈ ਹੋਈ ਹੈ ਨਹੀਂ ਬਹੁਤ ਸੋਹਣਾ ਠੀਕ ਹੈ ਜੀ ਕੱਦ ਕਿੰਨਾ ਜੀ ਇਹਦਾ ਕੱਦ ਨਹੀਂ ਹਲੇ ਮਿਣਿਆ ਕਿਉਂਕਿ ਹਲੇ ਕੱਦ ਵਧੀ ਜਾਣਾ ਹਜੇ ਸਾਲ ਡੇਢ ਸਾਲ 5 ਸਾਲ ਤੱਕ ਵਧਦਾ ਹੁੰਦਾ ਜੀ ਹਾਂਜੀ 3.5-4 ਤੱਕ ਤਾਂ ਸਿੱਧਾ ਹੀ ਵਧੀ ਜਾਂਦਾ ਠੀਕ ਹੈ ਜੀ ਜੇ ਜ਼ਿਆਦਾ ਖੁਰਾਕ ਹੋਵੇ 5 ਤੱਕ ਵੀ ਵੱਧਦਾ ਠੀਕ ਹੈ ਜੀ ਅਤੇ ਆਪਾਂ ਫੋਰ ਸੇਲ ਲੈ ਕੇ ਆਏ ਹਾਂ ਜੀ ਹਾਂਜੀ ਅਤੇ ਆਪਾਂ ਕੀ ਡਿਮਾਂਡ ਕਰ ਰਹੇ ਹਾਂ ਜੀ ਇਹਦੀ ਆਪਾਂ ਇਹਦੀ 2.5 ਲੱਖ ਰੁਪਇਆ ਡਿਮਾਂਡ ਕੀਤੀ ਹੈ ਠੀਕ ਹੈ ਜੀ ਬਾਲ ਪਾਵਰ ਇਹਦੀ ਕਲੀਅਰ ਹੈ ਜੀ ਹਾਂ ਸਾਰਾ ਕੁਛ ਓਕੇ ਹੈ ਅਤੇ ਤੁਸੀਂ ਜਦੋਂ ਕੋਈ ਪਰਚੇਜ਼ ਕਰਦੇ ਹੋ ਜਾਨਵਰ ਤੁਸੀਂ ਬਾਲ ਪਾਵਰੀਆਂ ਦੇਖਦੇ ਹੋ ਜੀ ਦੇਖ ਲੈਂਦੇ ਹਾਂ ਵੈਸੇ ਤਾਂ ਇਹ ਪੁਰਾਣੇ ਰਿਵਾਜ਼ ਨੇ ਇਹ ਸੈਂਟੀਫਿਕ ਗੱਲਾਂ ਤਾਂ ਹੈ ਨਹੀਂ ਹਾਂਜੀ ਜਿਵੇਂ ਕਿਸੇ ਦੇ ਦੋ ਪੈਰ ਚਿੱਟੇ ਹੁੰਦੇ ਨੇ ਕਈ ਉਹਨੂੰ ਜੇ ਇੱਕ ਚਿੱਟਾ ਹੋਵੇ ਉਹਨੂੰ ਅਰਜਣ ਕਹਿ ਦਿੰਦੇ ਨੇ ਆਮ ਭਾਸ਼ਾ 'ਚ ਹਾਂਜੀ ਮੰਡੀਆਂ ਦੀਆਂ ਪੁਰਾਣੇ ਲੋਕ ਉਹਨੂੰ ਵਧੀਆ ਨਹੀਂ ਸਮਝਦੇ ਕਈ ਤਾਂ ਇੱਕ ਪੈਰ ਚਿੱਟਾ ਲੈਂਦੇ ਹੀ ਨਹੀਂ ਉਹਦਾ ਕਹਿੰਦੇ ਪਤਾ ਨਹੀਂ ਕੀ ਨੁਕਸਾਨ ਹੋ ਜਾਊਗਾ ਪਰ ਇਹਨਾਂ ਗੱਲਾਂ ਨੂੰ ਸਾਇੰਸ ਤਾਂ ਮੰਨਦੀ ਨਹੀਂ ਹਾਂਜੀ ਘੋੜਾ ਤਾਂ ਆਪਣੇ ਬੰਦੇ ਦੀ ਸੰਗਤ ਵਾਂਗੂ ਹੈ ਜਿੱਥੇ ਪਲਦਾ ਰਿਹਾ ਇਹੀ ਜਿਹੀ ਟ੍ਰੇਨਿੰਗ ਹੈ ਉਹਨੇ ਇਹੋ ਜਿਹਾ ਹੋ ਜਾਣਾ ਹਾਂਜੀ ਜੇ ਤੁਸੀਂ ਕੋਈ ਨਵਾਂ ਜਾਨਵਰ ਪਰਚੇਸ ਕਰਨ ਜਾਂਦੇ ਹੋ ਤੁਸੀਂ ਕੀ ਚੀਜ਼ਾਂ ਦੇਖਦੇ ਹੋ ਉਹ 'ਚ ਅਸੀਂ ਉਹਦਾ ਆਦਤਾਂ ਹੀ ਦੇਖਦੇ ਹਾਂ ਪਹਿਲਾਂ ਤਾਂ ਸੀਲ ਹੋਵੇ ਜਿਵੇਂ ਆਪਾਂ ਆਪਦੇ ਪੜੋਸੀ ਜਾਂਦੇ ਹਾਂ ਖੜ੍ਹੇ ਅਤੇ ਨਹੀਂ ਤਾਂ ਜਾਨਵਰ ਖੜ੍ਹਦੇ ਨਹੀਂ ਦਿੰਦਾ ਕੋਲ ਦੂਜਾ ਆਪਣਾ ਕੱਦ ਕਾਠ ਹੈ ਰੰਗ ਰੂਪ ਹੈ ਹੋਰ ਕੀ ਹੈ ਇਹੀ ਚੀਜ਼ਾਂ ਠੀਕ ਹੈ ਜੀ ਅਤੇ ਤੁਹਾਨੂੰ ਮੰਡੀ 'ਤੇ ਆ ਕੇ ਅੱਜ ਕਿਵੇਂ ਦਾ ਮਾਹੌਲ ਮੰਡੀ ਦਾ ਕਿਵੇਂ ਲੱਗਿਆ ਅੱਜ ਤਾਂ ਵੈਸੇ ਚਲੋ ਆਖਰੀ ਦਿਨ ਹੈ ਮੰਡੀ ਦਾ ਅੱਜ ਆਖਰੀ ਦਿਨ ਹੈ ਬਾਕੀ ਬਾਰਿਸ਼ ਪੈ ਗਈ ਥੋੜ੍ਹਾ ਜਿਹਾ ਘੱਟ ਹੈ ਰੌਣਕ ਮੇਲਾ ਹਾਂਜੀ ਪਰ ਅੱਗੇ ਨਾਲੋਂ ਨਾਭਾ ਮੰਡੀ ਦਾ ਮਾਹੌਲ ਇਸ ਵਾਰ ਵਧੀਆ ਸੀਗਾ ਕਾਫੀ ਭੀੜ ਠੀਕ ਹੈ ਪਹਿਲਾਂ ਤਾਂ ਇੱਥੇ ਘੋੜੇ ਆਉਂਦੇ ਹੀ ਨਹੀਂ ਸੀ ਅੱਜ ਤੋਂ 10 ਸਾਲ ਪਹਿਲਾਂ ਤਾਂ ਅੱਛਾ ਤੁਸੀਂ ਕਿੰਨੇ ਸਾਲਾਂ ਤੋਂ ਮੰਡੀਆਂ 'ਤੇ ਆ ਰਹੇ ਹੋ ਜੀ ਇੱਥੇ ਕਾਫੀ ਦੇਰ ਦਾ ਜੋ ਦਾ ਸ਼ੌਂਕ ਜਿਹਾ ਪਿਆ ਤੁਹਾਨੂੰ ਦੱਸਿਆ 15-16 ਸਾਲ ਹੋ ਗਏ ਹਾਂਜੀ ਇੱਕ ਸੰਤ ਹੁੰਦੇ ਉਹਨਾਂ ਨੇ ਲਾਤੇ ਸੀ ਸ਼ੌਂਕ ਤੋਂ ਕਰ ਲਈਦਾ ਜਿੰਨਾ ਕੁ ਟਾਈਮ ਮਿਲ ਜਾਂਦਾ ਵੈਸੇ ਮੈਂ ਜੋਬ ਕਰਦਾ ਪੁਲਿਸ ਦੀ ਅੱਛਾ ਜੀ ਹਾਂ ਅੱਜ ਛੁੱਟੀ ਹੈ ਐਤਵਾਰ ਕਰਕੇ ਫਿਰ ਆ ਗਏ ਠੀਕ ਹੈ ਜੀ ਠੀਕ ਹੈ ਸਰ ਇੱਕ ਵਾਰ ਆਪਣਾ ਫੋਨ ਨੰਬਰ ਦੱਸ ਦਿਓ ਜੀ ਲੈ ਲਾ ਬੇਟੇ 7977324434 ਠੀਕ ਹੈ ਥੈਂਕ ਯੂ ਸਰ ਆਇਆ ਬਾਬੇ ਸੇਲ ਵਾਸਤੇ ਲਿਆ ਜੀ ਕਿਹੜੀ ਘੋੜੀ ਦੀ ਬੱਚੀ ਹੈ ਪਾਨੇ ਵਾਲੀ ਦਾ ਹੈਗਾ ਪਾਨੇ ਵਾਲੀ ਲੈਣ ਬਛੇਰਾ ਇਹ ਕੁੱਤਾ ਜਾਂਦਾ ਅੱਛਾ ਪਾਨੇ ਵਾਲੀ ਘੋੜੇ ਦੀ ਬੱਚੀ ਦੇ ਦੀ ਮਾਂ ਅੱਛਾ ਜੀ ਕਿੰਨੀ ਚਿਰ ਦਾ ਹੋ ਗਈ ਹੈ ਇਹ ਹੋਣਾ 25-26 ਮਹੀਨੇ ਦਾ ਠੀਕ ਹੈ ਜੀ ਮਾੜਾ ਮਾੜਾ ਸਪੋਟ ਹੈਗਾ ਹੈ ਤੇ ਹੈਗੇ ਨੇ ਵਿੱਚ ਵਿੱਚ ਬਾਗ ਦੀ ਥੋੜੇ ਜਿਹੇ ਇੱਕ ਮੰਡਲਾ ਘੋੜਾ ਕਹਿੰਦੇ ਉਹ ਹੈ ਨਾ ਜੀ ਹੈਗੇ ਵਿੱਚ ਦੂਜੀ ਅੱਖ ਚੱਦੀ ਹੈਗੀ ਹੈ ਜੀ ਮੋੜ ਹੈਗਾ ਬਿੱਲਾ ਹੈ ਜੀ ਬਿੱਲਾ ਘੋੜਾ ਠੀਕ ਹੈ ਜੈ ਮੰਗਲ ਕੀ ਮੰਗ ਰਹੇ ਆਪਾਂ ਇਹਦਾ ਇਹਦਾ 2.25 ਜੀ 2.25 ਠੀਕ ਹੈ ਜੀ ਮੈਂ ਕੰਟੈਕਟ ਨੰਬਰ ਦੱਸ ਦਿਓ ਜੀ ਮੇਰਾ 88-476-7953-853 ਠੀਕ ਹੈ ਪਿੰਡ ਮੌੜਾ ਜੀ ਠੀਕ ਹੈ ਜੀ